ਅੱਜ ਰਾਜਪੁਰਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਿੰਦਰ ਸਿੰਘ ਗਰੇਵਾਲ ਗੁਰਦੁਆਰਾ ਸਾਹਿਬ ਨੀਲਪੁਰ ਗਏ। ਉਹਨਾਂ ਨੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਪਹਿਲਾਂ ਗ੍ਰਿਫਤਾਰ ਕੀਤੇ ਅਤੇ ਫਿਰ ਰਿਹਾਅ ਕੀਤੇ ਕਿਸਾਨਾਂ ਦਾ ਜਥੇਬੰਦੀ ਵੱਲੋਂ ਸਨਮਾਨ ਕੀਤਾ। ਲੱਖੋਵਾਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈ, ਜੇਕਰ ਉਸ ਤੋਂ ਬਾਅਦ ਵੀ ਕੇਸ ਰੱਦ ਨਹੀਂ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ। ਅੱਜ ਅਸੀਂ ਜਿਹੜਾ ਇੱਥੇ ਅੰਦੋਲਨ ਹੋਇਆ ਸੀ, ਜਿਹੜੇ ਭਾਜਪਾ ਦੇ ਆਗੂ ਕੁਛ ਗਲਤ ਬੋਲਦੇ ਸੀ ਜਾਂ ਉਹਨਾਂ ਨੂੰ ਅਸੀਂ ਰੋਕਿਆ ਹੋਇਆ ਵੀ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਿੰਨਾ ਚਿਰ ਸਾਡਾ ਅੰਦੋਲਨ ਚੱਲਦਾ ਵੀ ਤੁਸੀਂ ਨਾ ਆਓ, ਜੇ ਆਉਂਦੇ ਵੀ ਆ ਤਾਂ ਫਿਰ ਉਹਨਾਂ ਨੇ ਗਲਤ ਟਿੱਪਣੀਆਂ, ਗਲਤ ਉਹਨਾਂ ਦੀ ਭਾਸ਼ਾ, ਇਸ ਤਰ੍ਹਾਂ ਉਹ ਬੋਲਦੇ ਆ, ਉਕਸਾਉਂਦੇ ਆ ਸਾਨੂੰ, ਅਤੇ ਸਾਡਾ ਉਹਦੇ 'ਚ ਕੋਈ ਦੋਸ਼ ਨਹੀਂ ਹੈਗਾ। ਉਹਨਾਂ ਨੇ ਗਲਤ ਭਾਸ਼ਾ ਵਰਤੀ, ਉਕਸਾਇਆ ਗਿਆ ਅਤੇ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦਾ ਘਿਰਾਓ ਕੀਤਾ ਸੀ। ਉਹਦੇ 'ਤੇ ਫਿਰ ਜਿਹੜੇ ਸਾਡੇ ਨੌਜਵਾਨਾਂ ਅਤੇ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਪਰਚੇ ਦਰਜ ਕੀਤੇ ਸੀ, ਕੇਸ ਦਰਜ ਕੀਤੇ ਸੀ, ਮੈਂ ਇਲਾਕਾ ਨਿਵਾਸੀਆਂ ਦਾ ਅਤੇ ਕਿਸਾਨ ਵੀਰਾਂ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਐਡਾ ਵੱਡਾ ਜਿਹਦੇ ਸੰਘਰਸ਼ ਆਰੰਭਿਆ, ਆਰੰਭ ਕੇ ਉਹ ਵੀਰਾਂ ਨੂੰ ਜਿਹੜਾ ਵਾਪਸ ਆਪਾਂ ਕਰਵਾਇਆ। ਕੋਈ ਗੱਲ ਨਹੀਂ, ਸਰਕਾਰ ਨੂੰ ਕਿਹਾ ਹੋਇਆ ਜੇ ਪਰਚੇ ਵੀ ਉਹਨਾਂ ਨੂੰ ਮੰਨੀ ਹੋਈ ਆ ਵਾਪਸ ਕਰੂਗੀ, ਨਹੀਂ ਮੰਨੂਗੀ, ਅਸੀਂ ਕਰਵਾਉਣੇ, ਸਾਨੂੰ ਆਉਂਦੇ ਅਸੀਂ ਕਰਵਾ ਲਵਾਂਗੇ, ਉਹ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਕਰਵਾਵਾਂਗੇ। ਸੰਘਰਸ਼ ਅਸੀਂ ਫਿਰ ਜਾਮ ਲਾਵਾਂਗੇ, ਉਹਨਾਂ ਨੂੰ ਅਲਟੀਮੇਟਮ ਦੇਵਾਂਗੇ, ਕਿਉਂਕਿ ਥੋੜ੍ਹਾ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ, ਅਸੀਂ ਥੋੜ੍ਹਾ ਟਾਈਮ ਦੇ ਦਿੱਤਾ। ਜੇ ਉਹ ਵਾਪਸ ਨਹੀਂ ਕਰਨਗੇ ਫਿਰ ਅਸੀਂ ਕਿਹੜਾ ਚਲੇ ਗਏ, ਜਾਂ ਇੱਕ ਤੇ ਚਲੇ ਗਏ ਨੇ ਆਪਣੇ ਕਿਸਾਨ, ਜਿੱਦਣ ਅਸੀਂ ਹੁੱਕਾ ਦੇਵਾਂਗੇ ਤੁਹਾਡੇ ਸਾਹਮਣੇ ਹੀ ਆ। ਜਦ ਸੰਯੁਕਤ ਮੋਰਚਾ ਆਵਾਜ਼ ਮਾਰਦਾ, ਚੰਡੀਗੜ੍ਹ ਆਵਾਜ਼ ਮਾਰੀ ਸੀਗੀ, ਅਸੀਂ ਤਾਂ 7-8 ਹਜ਼ਾਰ ਬੰਦੇ ਦੀ ਡਿਊਟੀ ਲਾਈ ਸੀਗੀ, ਅਤੇ ਜਿਹੜਾ ਸਰਕਾਰ ਮੁਤਾਬਕ 17 ਹਜ਼ਾਰ ਬੰਦਾ ਸੀ, ਸਾਡੇ ਮੁਤਾਬਕ ਚਲੋ 25-30 ਹਜ਼ਾਰ ਬੰਦਾ ਸੀ। ਜਦ ਅਸੀਂ ਦਿੱਲੀ ਆਵਾਜ਼ ਮਾਰਦੇ ਹਾਂ ਤਾਂ ਉਹ ਕੋਈ ਕਿਸਾਨ ਆ ਜਾਂਦੇ ਆ, ਜਦ ਕਿਤੇ ਵੀ ਕੋਈ ਭਾਰੀ ਪੈਂਦੀ ਆ ਕਿਸਾਨ 'ਤੇ ਅਤੇ ਜਥੇਬੰਦੀਆਂ 'ਤੇ, ਉਦੋਂ ਹੀ ਕਿਸਾਨ ਇਕੱਠੇ ਹੋ। ਹੁਣ ਪ੍ਰਧਾਨ ਸਰਕਾਰ ਕੀ ਹੈ, ਕਿੱਥੇ ਖੜੀ ਹੈ ਹੁਣ? ਹੁਣ ਸਰਕਾਰ ਕਿੱਥੇ ਖੜੀ ਹੈ, ਕਿਸ ਮੋੜ 'ਤੇ ਖੜੀ ਹੈ ਇਹ ਕੇਸ ਰੱਦ ਕਰਨ ਨੂੰ ਲੈ ਕੇ? ਨਹੀਂ, ਕੇਸ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਹੋਇਆ। ਅੱਛਾ, ਅਸੀਂ ਟਾਈਮ ਦਿੱਤਾ ਹੋਇਆ, ਹਾਂਜੀ, 5-4 ਦਿਨ ਦਾ ਟਾਈਮ ਹੁੰਦਾ ਹੀ ਆ, ਅਸੀਂ ਪੁੱਛ ਲਾਂਗੇ 2-3 ਦਿਨ ਤੋਂ ਬਾਅਦ, ਨਹੀਂ ਫਿਰ ਅਸੀਂ ਅਗਲਾ ਸੰਘਰਸ਼ ਉਹਨਾਂ ਨੂੰ ਦੱਸ ਕੇ। ਲੋਕਲ ਕਮੇਟੀ ਨੂੰ ਦਵਾਇਆ ਸੀ, ਮੈਂ ਤਾਂ ਦਿੱਲੀ ਸੀ, ਮੈਂ ਤਾਂ ਦਿੱਲੀ ਤੋਂ ਰਾਤ ਨੂੰ ਹੀ ਹੁਣ ਪਹੁੰਚਿਆ, ਅਤੇ ਇਹਨਾਂ ਨੇ, ਮੈਂ ਲੰਘਣਾ ਸੀ, ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੱਥੇ ਆਓ, ਅਸੀਂ ਸਨਮਾਨ ਕਰਨਾ, ਜਿੰਨਾ ਜਿਹੜੇ ਸਾਡੇ ਕਿਸਾਨ ਵੀਰ ਅੰਦਰ ਸੀ ਉਹਨਾਂ ਦਾ ਅਸੀਂ ਸਨਮਾਨ। ਕਿਸਾਨਾਂ ਦਾ ਚੰਗੂਨੀ ਜਿਹੜਾ ਜਿਹੜਾ ਆਪਸ 'ਚ ਜਿਹੜੇ ਜਥੇਬੰਦੀਆਂ ਵਿਵਾਦ ਚੱਲ ਰਿਹਾ, ਇਸ ਦਾ ਲੱਗਦਾ ਨਹੀਂ ਕਿ ਕਿਸਾਨ ਦੋਨੋਂ ਮਿੱਠੇ ਹੋਏ? ਨਹੀਂ, ਕੋਈ ਫਰਕ ਨਹੀਂ ਪੈਂਦਾ ਹੁੰਦਾ, ਇਹੋ ਜਿਹੇ ਕੰਮ ਹੁੰਦੇ ਰਹਿੰਦੇ ਆ, ਘਰਾਂ ਦੇ ਵਿੱਚ ਵੀ 100 ਗੱਲਾਂ ਹੋ ਜਾਂਦੀਆਂ ਨੇ, 2 ਭਰਾ ਨੇ ਆਪਸ 'ਚ ਖੜਕ ਜਾਂਦੀ ਹੈ, ਫਿਰ ਇਕੱਠੇ ਹੋ ਜਾਂਦੇ ਆ। ਇਹ ਸੰਯੁਕਤ ਮੋਰਚੇ 'ਚ ਹੁਣ ਅਸੀਂ 40 ਲੀਡਰਾਂ 40 ਦੇ ਨਾਲ ਅੱਗੇ ਜਥੇਬੰਦੀਆਂ, 500 ਜਥੇਬੰਦੀ ਕੰਮ ਕਰ ਰਹੀ ਆ, ਇੱਕ ਅੱਧੀ ਜਥੇਬੰਦੀ ਨੇ ਇਹੋ ਜਿਹਾ ਹੋ ਜਾਂਦਾ ਹੁੰਦਾ ਸਾਰਿਆਂ ਦਾ ਹੋਇਆ, ਫਿਰ ਦੁਬਾਰਾ ਵਾਪਸ। ਆਪਾਂ ਮੋਰਚੇ ਲਈ ਖਰਾਬ ਨਹੀਂ ਕਰਨਾ, ਆਪਾਂ ਹੱਥੋਂ ਪਾਈ ਨਹੀਂ ਕਰਨੀ, ਆਪਾਂ ਸ਼ਾਂਤਮਈ ਵਿਰੋਧ ਕਰਨਾ ਹੈ, ਅਸੀਂ ਬੇਨਤੀ ਕਰਨ ਆਏ ਹਾਂ, ਝੰਡਿਆਂ ਨਾਲ ਵਿਰੋਧ ਕਰਨਾ, ਆਪਾਂ ਕਿਸੇ ਦੀ ਹੱਥੋਂ ਪਾਈ ਨਹੀਂ ਕਰਨੀ। ਦੂਸਰਾ, ਸੰਯੁਕਤ ਮੋਰਚੇ ਨੇ ਕਲੀਅਰ ਕਰਤਾ, ਇਕੱਲੇ ਭਾਜਪਾ ਹੀ ਆਗੂਆਂ ਦਾ ਹੀ ਵਿਰੋਧ ਕਰਨਾ, ਕਿਸੇ ਹੋਰ ਜਥੇਬੰਦੀ ਦਾ ਜਾਂ ਹੋਰ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਬੇਨਤੀ ਕਰਨੀ ਆ ਵੀ ਤੁਸੀਂ ਨਾ ਆਓ ਪਿੰਡਾਂ 'ਚ, ਸਾਡਾ ਅਜੇ ਜਿੰਨਾ ਚਿਰ ਮੋਰਚਾ ਚੱਲਦਾ, ਪਰ ਅਸੀਂ ਵਿਰੋਧ ਹੋਰ ਕਿਸੇ ਪਾਰਟੀ ਦਾ ਨਹੀਂ ਕਰਨਾ, ਵੀ ਸਪਸ਼ਟ। ਪ੍ਰਧਾਨ ਜੀ, ਸੁਣਨ 'ਚ ਆਇਆ ਕਿ ਰਾਜਪੁਰਾ ਦੇ ਵਿਧਾਇਕ ਜਿਹੜੇ ਹਰਦਿਆਲ ਸਿੰਘ ਕੰਬੋਜ ਦੇ, ਉਹਨਾਂ ਦੀ ਵੀ ਬੜੀ ਵੱਡੀ ਭੂਮਿਕਾ ਰਹੀ ਹੈ ਜਿਹੜਾ ਕੱਲ੍ਹ ਦਾ ਜਿਵੇਂ ਬੱਚੇ ਛੜੇ ਨੇ ਜਿਹੜੇ ਆਪਣੇ ਕਿਸਾਨ ਫੜੇ ਨੇ। ਚੰਗੀ ਗੱਲ ਆ ਜੀ, ਜੇ ਕਿਸੇ ਦੀ ਜ਼ਮੀਰ ਜਾਗਦੀ ਆ, ਇੱਕ ਦੋ ਅੱਗੇ ਇਹਨਾਂ ਦੀ ਜਾਗ ਪਈ ਆ, ਜੋਸ਼ੀ ਜੀ ਆ ਗਏ ਨੇ, ਵਧੀਆ ਗੱਲ ਆ, ਕਿਉਂਕਿ ਇੱਥੇ ਦਾ ਖਾਂਦੇ ਆ, ਪੀਂਦੇ ਆ, ਪਾਣੀ ਪੀਂਦੇ ਆ ਪੰਜਾਬ ਦਾ, ਸਾਰਿਆਂ ਦੀ ਅਸੀਂ ਤਾਂ ਕਹਿੰਦੇ ਜ਼ਮੀਰ ਇਹਨਾਂ ਦੀ ਜਾਗ ਜਵਾਏ, ਸਾਰੇ ਸਾਡੇ ਨਾਲ ਖੁੱਲ੍ਹ ਜਾਣ ਤਾਂ ਮਸਲਾ ਹੱਲ ਹੋ ਜਾਵੇ, ਵੀ ਐਵੇਂ ਲੜੀ ਜਾਂਦੇ ਆ ਸਾਡੇ ਨਾਲ, ਅਸੀਂ ਇਹਨਾਂ ਨਾਲ ਜ਼ਰੂਰ ਲੜਨਾ। ਇਹ ਹੁਣ ਖੇਤੀ ਨੂੰ ਰੱਦ ਕਰਨ ਵਾਸਤੇ ਕਿੱਥੇ ਤੱਕ ਪਹੁੰਚਿਆ ਜੀ ਕਿਸਾਨ ਮੋਰਚਾ ਦਿੱਲੀ? 8 ਮਹੀਨੇ ਹੋ ਗਏ ਬੈਠਿਆਂ ਨੂੰ। ਅਸੀਂ ਆਪਦੀ ਲੜਾਈ ਲੜ ਰਹੇ ਹਾਂ, ਇਹ ਸਰਕਾਰ ਨੇ ਦੱਸਣਾ ਵੀ ਕਿੰਨਾ ਚਿਰ ਸਾਨੂੰ ਹੋਰ ਬਿਠਾਉਣਾ, ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਗਏ ਸੀ, ਸਾਨੂੰ 8 ਹੋ ਗਏ ਨੇ, ਇਹ ਹੁਣ 4 ਮਹੀਨੇ ਬਿਠਾਉਂਦੀ ਆ, 8 ਮਹੀਨੇ ਬਿਠਾਉਂਦੀ ਆ, 6 ਬਿਠਾਉਂਦੀ ਆ, ਅਸੀਂ ਕੱਲ੍ਹ ਯੂਪੀ ਮਿਸ਼ਨ ਲਈ ਵੀ ਤਿਆਰੀ ਸ਼ੁਰੂ ਕਰ ਦਿੱਤੀ ਆ। ਸਰ, ਝੁਨੀ ਸਾਹਿਬ ਨੂੰ ਸਸਪੈਂਡ ਕੀਤਾ, ਉਹਨਾਂ ਦਾ ਕੀ ਰਿਐਕਸ਼ਨ ਹੈ, ਉਹ ਕੀ ਕਹਿ ਰਹੇ ਆ ਜੀ, ਉਹ ਆਪਣੇ ਬਿਆਨ 'ਤੇ ਫਿਰ ਕਾਇਮ ਹੈ ਆਪਣੇ ਤੇ? ਉਹ ਨਹੀਂ, ਉਹਨਾਂ ਨੇ ਚਲੋ ਬਿਆਨ ਆਇਆ, ਅੱਜ ਮੈਂ ਸੁਣਿਆ ਉਹਨਾਂ ਦਾ ਬਿਆਨ, ਕੋਈ ਗੱਲ ਨਹੀਂ, ਆ ਜਾਣਗੇ, ਸਮਝ ਆਜੂਗੀ, ਇਹੋ ਜਿਹੀ ਗੱਲ ਨਹੀਂ, ਸੰਯੁਕਤ ਮੋਰਚੇ ਤੋਂ ਬਿਨਾਂ ਨਿਕਲ ਕੇ ਕਿਸੇ ਦਾ ਕੁਛ ਨਹੀਂ ਬਣਦਾ, ਇਕੱਲਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ, ਅਸੀਂ ਜਥੇਬੰਦੀਆਂ ਇਕੱਲੇ ਇਕੱਲੇ ਬਥੇਰਾ ਲੜ ਕੇ ਦੇਖ ਲਿਆ, ਸਾਡਾ ਕੁਛ ਨਹੀਂ ਸੀ ਬਣਦਾ, ਜਦ ਅਸੀਂ ਇਕੱਠੇ ਹੋਏ ਹਾਂ ਤਾਂ ਲੋਕ ਵੀ ਸਾਡੇ ਨਾਲ ਇਕੱਠੇ ਹੋ ਗਏ ਨੇ, ਲੋਕਾਂ ਦਾ ਲੰਬਾ ਸੀ, ਹੁਣ ਅਸੀਂ ਇਕੱਠੇ ਹੋਏ ਹਾਂ, ਸਭ ਕੁਛ ਬਣਦਾ।